ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਤਰਨਜੋਤ ਸਿੰਘ ਹੈ ਜੀ। ਇਹ ਜਿਹੜੀ ਤੁਸੀਂ ਖੇਤੀ ਕਰ ਰਹੇ ਹੋ ਕਿਹੜੇ ਫਰੂਟ ਦੀ ਖੇਤੀ ਹੈ ਜੀ? ਇਹ ਸਰ ਡਰੈਗਨ ਫਰੂਟ ਦੀ ਖੇਤੀ ਹੈ ਜੀ, ਇਹ ਡਰੈਗਨ ਫਰੂਟ ਦੀ ਖੇਤੀ ਕਰਦੇ ਹਾਂ। ਇਹ ਕਿੰਨੇ ਟਾਈਮ ਤੋਂ ਕਰ ਰਹੇ ਹੋ? ਇਹ ਸਰ ਮੈਨੂੰ ਹੁਣ ਤੀਸਰਾ ਸਾਲ ਚੱਲਦਾ ਜੀ। ਕਿੰਨੀ ਜਗ੍ਹਾ 'ਚ ਕਰ ਰਹੇ ਹੋ ਜੀ? ਇਹ ਸਰ ਆਪਣਾ ਹੈਗਾ ਜੀ ਅੱਧੇ ਕਿੱਲੇ ਤੋਂ ਜ਼ਿਆਦਾ ਹੀ ਹੈ, ਜਾਣੀ ਕਿ ਅੱਧਾ ਪੌਣੇ ਕਿੱਲੇ ਦੇ ਲਾ ਕੇ ਚਲੋ ਵੀ ਖੇਤੀ ਕਰਦੇ ਹਾਂ। ਇਹ ਜਿਹੜੇ ਤੁਸੀਂ ਫਰੂਟ ਦੀ ਡਰੈਗਨ ਫਰੂਟ ਤੁਹਾਡੇ ਮਨ 'ਚ ਆਇਆ ਜੀ? ਹਾਂਜੀ। ਇਹ ਕਿਸ ਤਰ੍ਹਾਂ ਆਇਆ ਤੁਹਾਡੇ? ਇਹ ਸਰ ਐਕਚੁਅਲੀ ਗੱਲ ਇੱਦਾਂ ਸੀਗੀ ਕਿ ਵੀ ਜਿਵੇਂ ਕਣਕ ਖੇਤ ਸੋਰੀ ਕਣਕ ਝੋਨਾ ਜੀ, ਇਹਦੇ ਵਿੱਚ ਕੋਈ ਕੱਢਣ ਪਾਉਣ ਨੂੰ ਹੈ ਨਹੀਂ ਸੀਗਾ ਜੀ। ਉਸ ਕਰਕੇ ਫਿਰ ਦੇਖਦੇ ਹੋਏ ਵੀ ਇਹਦੇ ਵਿੱਚ ਪਾਉਣ ਨੂੰ ਕਰਨ ਹੈ ਨਹੀਂ ਵੀ ਆਪਾਂ ਕਿਉਂ ਨਾ ਵੀ ਬਾਗਬਾਨੀ ਦੇ ਵਿੱਚ ਜਾਇਆ ਜਾ ਸਕੇ, ਅਤੇ ਵੀ ਦੇਖਿਆ ਵੀ ਆਪਣੇ ਪੰਜਾਬ ਦੇ ਵਿੱਚ ਕਾਫੀ ਪ੍ਰਚਲਿਤ ਹੋ ਰਿਹਾ ਸੀਗਾ ਡਰੈਗਨ ਫਰੂਟ ਦਾ, ਅਤੇ ਇਸ ਕਰਕੇ ਫਿਰ ਅਸੀਂ ਘਰੇ ਵਿਚਾਰ ਕਰ ਕੀਤਾ ਤਾਂ ਡਰੈਗਨ ਫਰੂਟ ਦੀ ਖੇਤੀ ਕਰਨ ਦੇ ਬਾਰੇ ਵਿਚਾਰ ਹੋਏ ਸੋਚਿਆ ਜੀ ਅਸੀਂ। ਜਿਹੜਾ ਤਾਂ ਬੀਜ ਆ ਉਹ ਕਿੱਥੋਂ ਮਿਲਦਾ ਜੀ? ਇਹ ਸਰ ਬੀਜ ਤਾਂ ਹੁਣ ਆਪਣੇ ਅਵੇਲੇਬਲ ਇੱਥੇ ਪੰਜਾਬ ਦੇ ਵਿੱਚ ਹੀ ਹੋ ਜਾਂਦਾ ਜੀ, ਇਹ ਜੋ ਆਪਾਂ ਲੈ ਕੇ ਆਏ ਸੀ ਆਪਾਂ ਰੰਗਾਬਾਦ ਤੋਂ ਲੈ ਕੇ ਆਏ ਸੀ। ਜਿਵੇਂ ਕਿ ਦੇਖਿਆ ਜਾਂਦਾ ਵਾ ਇਸ ਫਰੂਟ ਦੇ ਬੈਨੀਫਿਟ ਬਹੁਤ ਨੇ, ਡਾਕਟਰ ਵੀ ਰੈਕਮੈਂਡ ਕਰਦੇ ਨੇ ਖਾਣ ਜੀ। ਇਹਦੇ ਕੀ ਬੈਨੀਫਿਟ ਨੇ ਜੀ? ਸਰ ਬੈਨੀਫਿਟਸ ਇਹਦੇ ਕਾਫੀ ਨੇ, ਜਿੱਦਾਂ ਕਿ ਹਾਈ ਫਾਈਬਰ ਹੋਣ ਦਾ, ਹਾਈ ਫਾਈਬਰ ਆ ਜੀ ਇਹ, ਅਤੇ ਸੈੱਲ ਰਿਕਵਰ ਕਰ ਦਿੰਦਾ, ਐਂਟੀ ਆਕਸੀਡੈਂਟ ਆ ਜੋ ਆਪਣੇ ਸਕਿਨ ਦੀ ਪ੍ਰੋਬਲਮ ਨੂੰ ਦੂਰ ਕਰਦੇ ਨੇ, ਅਤੇ ਕੌਂਸਟੀਪੇਸ਼ਨ ਨੂੰ ਦੂਰ ਕਰਦਾ ਜੀ ਇਹ। ਇਹ ਜਿਵੇਂ ਕੀਵੀ ਫਲ ਆਉਂਦਾ ਉਸ ਤਰ੍ਹਾਂ ਹੀ ਇਹ ਫਲ ਆਉਂਦਾ? ਜੀ 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 ਬਿਲਕੁਲ। ਬਾਹਰ ਤੋਂ ਐਕਸਪੋਰਟ ਕਰਕੇ ਇੱਥੇ ਆਉਂਦਾ ਵਾ? ਬਿਲਕੁਲ ਸਰ। ਪਰ ਇਹ ਫਲ ਦੀ ਕੋਸਟ ਬਹੁਤ ਆ, ਕੀਮਤੀ ਬਹੁਤ ਆ ਜੀ। ਤੁਸੀਂ ਇਹਨੂੰ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਸੇਲ ਕਰਦੇ ਹੋ ਜਾਂ ਕਿਸ ਤਰ੍ਹਾਂ ਦੀ ਡਿਮਾਂਡ ਕਿੰਨੀ ਆ ਮਾਰਕੀਟ ਦੇ ਵਿੱਚ? ਸਰ ਡਿਮਾਂਡ ਤਾਂ ਬਹੁਤ ਵਧੀਆ ਜੀ ਇਹਦੀ ਮਾਰਕੀਟ ਦੇ ਵਿੱਚ, ਜੋ ਤੁਸੀਂ ਗੱਲ ਕਰੀ ਸੀਗੀ ਵੀ ਇਹ ਮਹਿੰਗਾ ਬਹੁਤ ਆ, ਜੋ ਮਹਿੰਗਾ ਹੁਣ ਦੇਖੋ ਸਰ ਕੋਈ ਵੀ ਸੁਪਰ ਫੂਡ ਹੁੰਦਾ ਫਿਰ ਥੋੜ੍ਹਾ ਕੋਸਟਲੀ ਤਾਂ ਹੁੰਦਾ ਹੀ ਆ, ਜਿਹਦੇ ਜ਼ਿਆਦਾ ਫਾਇਦੇ ਹੁੰਦੇ ਨੇ। ਅਤੇ ਇਹਦੀ ਜਿਹੜੀ ਸੇਲ ਕਰਨ ਦੀ ਪ੍ਰੋਬਲਮ ਗੱਲ ਆ ਤੁਸੀਂ ਕੀਤੀ ਆ, ਗੱਲ ਇਹ ਸੇਲ ਪਹਿਲਾਂ ਤਾਂ ਮੇਰੇ ਨੋਰਮਲੀ ਉਰੇ ਸ਼ੋਪ ਜਿਹੜੇ ਨੀਅਰ ਬਾਏ ਆਪਣੇ ਸ਼ੋਪਸ ਨੇ ਉਹਦੇ ਉੱਤੇ ਸੇਲ ਹੋ ਜਾਂਦਾ ਜੀ ਇਹ, ਅਤੇ ਜਿੱਦਾਂ ਕਿ ਮੈਂ ਕਵਰ ਕੀਤੇ ਹੋਏ ਨੇ ਸ਼ਹਿਰ ਦਰਾਹਾ ਹੋ ਗਿਆ, ਸਮਰਾਲਾ ਹੋ ਗਿਆ, ਮਾਛੀਵਾੜਾ ਸਾਹਿਬ ਹੋ ਗਿਆ, ਅਤੇ ਖੰਨਾ ਹੋ ਗਿਆ ਜੀ। ਇਹ ਸ਼ੋਪਕੀਪਰ ਤੁਹਾਡੇ ਕੋਲ ਆਉਂਦੇ ਆ ਜਾਂ ਤੁਹਾਨੂੰ ਉੱਥੇ ਜਾ ਕੇ ਦੇਣਾ ਪੈਂਦਾ? ਨਹੀਂ, ਪਹਿਲਾਂ ਜਦੋਂ ਫਸਟ ਈਅਰ ਸੀਗਾ ਫਰੂਟ ਪਿਆ ਸੀਗਾ ਉਦੋਂ ਤੋਂ ਮੈਂ ਸਰ ਆਪਣੀ ਮਾਰਕੀਟਿੰਗ ਕਰੀ ਸੀਗੀ, ਹੁਣ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਡਰੈਗਨ ਫਰੂਟ ਆਪਾਂ ਨੂੰ ਉਰੇ ਮਿਲ ਜਾਂਦਾ ਤਾਂ ਫਿਰ ਉਹ ਕਾਲ ਕਰ ਦਿੰਦੇ, ਜਿੰਨੀ ਉਹਨਾਂ ਰਿਕੁਆਇਰਮੈਂਟ ਹੁੰਦੀ ਆ ਫਿਰ ਉਨੀ ਉਹ ਮੈਨੂੰ ਕਾਲ ਕਰਕੇ ਕਹਿੰਦੇ, ਫਿਰ ਉਨਾ ਆਪਾਂ ਦੇ ਦੇਈਏ ਉਹਨਾਂ ਨੂੰ। ਜਦੋਂ ਤੁਸੀਂ ਇਹਨੂੰ ਸਟਾਰਟ ਕੀਤਾ ਸੀ ਲਾਉਣ ਵਾਸਤੇ? ਹਾਂਜੀ। ਤਾਂ ਅੱਧੇ ਕਿੱਲੇ ਤੁਹਾਡਾ ਲਗਭਗ ਕਿੰਨਾ ਖਰਚਾ ਆਇਆ ਸੀ? ਸਰ ਮੇਰਾ ਇਹ ਤੁਸੀਂ ਮੰਨ ਕੇ ਚਲੋ 1.25 ਲੱਖ ਦੇ ਗੇੜ ਖਰਚਾ ਆ ਗਿਆ ਸੀਗਾ ਜੀ। ਇਹ ਅੱਧੇ ਕਿੱਲੇ 'ਚ ਕਿੰਨੇ ਕੁ ਬੂਟੇ ਲੱਗੇ ਹੋਣਗੇ? ਅੱਧੇ ਕਿੱਲੇ ਦੇ ਵਿੱਚ ਇਹ ਮੇਰੇ ਲੱਗੇ ਹੋਏ ਸੀਗੇ ਜੀ 500 ਦੇ ਗੇੜ ਲੱਗਿਆ ਹੋਇਆ ਬੂਟਾ। ਅਤੇ ਜਿਹੜਾ ਫਰੂਟ ਹੈ ਇਹ ਸੀਜ਼ਨਲੀ ਆਉਂਦਾ ਕਿਸ ਤਰ੍ਹਾਂ? ਇਹ ਸੀਜ਼ਨਲੀ ਫਰੂਟ ਆ ਜਾਂਦਾ ਜੀ ਇਹ, ਅਤੇ ਇਹ ਸਰ ਜਿੱਦਾਂ ਕਿ ਜੂਨ ਦੇ ਵਿੱਚ ਸਟਾਰਟ ਹੋ ਜਾਂਦਾ, ਮਈ ਜੂਨ ਦੇ ਵਿੱਚ, ਅਤੇ ਨਵੰਬਰ ਤੱਕ ਚੱਲੀ ਜਾਂਦਾ ਜੀ ਇਹ। ਹੁਣ ਇੱਕ ਸਰ ਪ੍ਰੈਕਟੀਕਲ ਮੈਂ ਕਰਨ ਲਾ ਵੀ ਜੋ ਆਪਣੇ ਅਗਾਂਹਾਂ ਦਸੰਬਰ ਦੇ ਵਿੱਚ ਵੀ ਜੋ ਸੈਲਾਂ ਦੇ ਵਿੱਚ ਵੀ ਮੈਂ ਤੋਂ ਫਰੂਟ ਲੈ ਸਕਾਂ, ਇਹਦੇ ਵਿੱਚ ਸਰ ਮੈਂ ਨਾ ਲਾਈਨ ਆ ਜਿਹੜੀ ਆਹ ਇਹਦੇ ਵਿੱਚ ਮੈਂ ਲਾਈਟਿੰਗ ਕਰਨੀ ਆ, ਲਾਈਟਿੰਗ ਕਰਕੇ ਫਿਰ ਉਹਦੇ ਨਾਲ ਉਹਦੀ ਜੋ ਗਰਮਾਇਸ਼ ਆ ਉਹਦੇ ਨਾਲ ਫਿਰ ਜਾਣੀ ਕਿ ਇਹਦਾ ਜਿਹੜਾ ਫਰੂਟ ਆ ਵੀ ਉਹ ਸਾਰਾ ਸਾਲ ਫਿਰ ਫਰੂਟ ਆਈ ਜਾਂਦਾ ਜੀ ਉਹਦੇ ਨਾਲ। ਇਹ ਜਿਹੜਾ ਹੁਣ ਫਰੂਟ ਤੁਸੀਂ ਲੈਂਦੇ ਹੋ ਇਹਤੋਂ, ਹਾਂਜੀ, ਇਹ ਫਰੂਟ ਮਾਰਕੀਟ ਦੇ ਵਿੱਚ ਈਜ਼ੀਲੀ ਚਲੋ ਵੇਚਿਆ ਜਾ ਰਿਹਾ? ਜੀ ਜੀ ਹਾਂਜੀ। ਕੁਛ ਸਪੈਸ਼ਲ ਕਸਟਮਰ ਤੋਂ ਵੀ ਡਿਮਾਂਡ ਆਉਂਦੀ ਹੋਣੀ ਜੀ? ਹਾਂਜੀ ਸਰ, ਜੋ ਲੋਕਲ ਕਸਟਮਰ ਨੇ ਅਤੇ ਜੋ ਨੋਨ ਦੇ ਵਿੱਚ ਨੇ ਆਪਣੇ ਸਰਕਲ ਦੇ ਵਿੱਚ ਨੇ ਉਹਨਾਂ ਦੀ ਵੀ ਡਿਮਾਂਡ ਆ ਜਾਂਦੀ ਆ, ਅਤੇ ਜਿਨ੍ਹਾਂ ਨੂੰ ਡਾਕਟਰ ਰੈਕਮੈਂਡ ਕਰਦੇ ਨੇ ਡਰੈਗਨ ਫਰੂਟ ਬਾਰੇ, ਅਤੇ ਉਹਨਾਂ ਨੂੰ ਮੈਨੂੰ ਪਤਾ ਵੀ ਜਿਨ੍ਹਾਂ ਨੂੰ ਪਤਾ ਵੀ ਮੇਰੇ ਕੋਲ ਫਰੂਟ ਹੈਗਾ ਅਵੇਲੇਬਲ ਤਾਂ ਉਹ ਕਾਲ ਕਰਕੇ ਮੇਰੇ ਤੋਂ ਲੈ ਲੈਂਦੇ ਨੇ ਜੀ ਇੱਦਾਂ ਦੇ। ਜਿਵੇਂ ਕਿ ਅੰਬ, ਅਮਰੂਦ, ਕੇਲੇ ਆਮ ਰੇਹੜੀਆਂ 'ਤੇ ਮਿਲ ਜਾਂਦੇ ਨੇ ਜੀ, ਇਹ ਬੜੀ ਦੁਕਾਨਾਂ 'ਤੇ ਹੀ ਮਿਲਦਾ ਵਾ ਜੀ, ਪਰ ਇਹਦਾ ਖਾਣ ਦਾ ਟੇਸਟ ਜਾਂ ਕਿਸ ਤਰ੍ਹਾਂ ਇਹਦਾ? ਇਹਦਾ ਸਰ ਟੇਸਟ ਬਹੁਤ ਸਵੀਟ ਆ ਜੀ, ਮਿੱਠਾ ਟੇਸਟ ਹੈ ਇਹਦਾ, ਕੋਈ ਇੱਦਾਂ ਦਾ ਨਹੀਂ ਹੈਗਾ ਵੀ ਬਕ ਬਕਾ ਕੋਈ ਟੇਸਟ ਨਹੀਂ ਹੈਗਾ, ਵਧੀਆ ਟੇਸਟ ਆ ਜੀ ਇਹਦਾ। ਇਹ ਗਾਹਾਂ ਸਟੋਰ ਵੀ ਕੀਤਾ ਜਾ ਸਕਦਾ ਜਿਵੇਂ ਸਰਦੀ ਹੈ ਤੁਸੀਂ ਕਹਿੰਦੇ ਅਵੇਲੇਬਲ ਨਹੀਂ ਹੁੰਦਾ, ਸਟੋਰ ਵੀ ਕਰਨ ਦਾ ਕੋਈ ਸਿਸਟਮ? ਨਹੀਂ ਸਰ, ਸਟੋਰ ਨਹੀਂ ਕਰ ਸਕਦੇ ਜੀ ਆਪਾਂ ਇਹਨੂੰ। ਕੀ ਕਾਰਨ ਹੈ ਸਟੋਰ? ਸਟੋਰ ਕਰਨ ਦੇ ਨਾਲ ਸਰ ਫਿਰ ਇਹਦੀ ਜਿਹੜੀ ਲਾਈਫ ਆ ਲਾਈਫ ਥੋੜ੍ਹੀ ਹੁੰਦੀ ਹੈ ਜੀ ਇਹਦੀ, ਯਾਨੀ ਕਿ ਲਾ ਕੇ ਮੰਨ ਕੇ ਚਲੋ ਵੀ 10-15-20 ਦਿਨ ਆਪਾਂ ਰੱਖ ਸਕਦੇ ਹਾਂ, ਉਹ ਤੋਂ ਜ਼ਿਆਦਾ ਨਹੀਂ ਰੱਖ ਸਕਦੇ। ਜਦੋਂ ਇਹ ਬੂਟਾ ਲਾਉਂਦੇ ਹਾਂ ਜੀ, ਇਹ ਬੂਟਾ ਕਦੋਂ ਤੱਕ ਤਿਆਰ ਹੋ ਜਾਂਦਾ ਜਦੋਂ ਇਹ ਫਲ ਦੇਵੇ? ਇਹ ਸਰ 1.5 ਸਾਲ ਲੈ ਲੈਂਦੇ, 1.5-2 ਸਾਲ ਲੱਗ ਜਾਂਦੇ ਨੇ ਫਲ ਨੂੰ। ਫਿਰ ਉਹ 1.5 ਸਾਲ ਤੱਕ ਆਪਾਂ ਜ਼ਮੀਨ ਤੋਂ ਕੀ ਉਪਜ ਲੈਂਦੇ ਹਾਂ ਕਿਸ ਤਰ੍ਹਾਂ? ਸਰ ਜਿਹੜੀ ਮੇਰੀ ਵਿਚਾਲੇ ਜਗ੍ਹਾ ਬਚਦੀ ਆ ਉਹ ਮੈਂ ਆਪਣੇ ਕੋਈ ਸਬਜ਼ੀ ਲਾ ਲਈ ਜਾਂ ਫੁੱਲ ਲੈ ਲਏ, ਹੋਰ ਇਹਦੇ ਵਿੱਚ ਕੋਈ ਜਿਵੇਂ ਹੁਣ ਮੈਂ ਇਹਦੇ ਵਿੱਚ ਸਰ੍ਹੋਂ ਲਾਉਣੀ ਆ ਜੀ, ਇੱਦਾਂ ਦੀ ਯਾਨੀ ਕਿ ਕੋਈ ਵੀ ਆਪਾਂ ਨਹੀਂ ਕਿ ਜ਼ਮੀਨ ਆਪਣੀ ਸਟੱਕ ਨਹੀਂ ਹੁੰਦੀ, ਆਪਾਂ ਇਹਦੋਂ ਆਪਾਂ ਲੈ ਨਾਲ ਦੀ ਨਾਲ ਆਪਾਂ ਹੋਰ ਫਸਲਾਂ ਲੈ ਸਕਦੇ ਹਾਂ ਜੇ ਤੋਂ ਆਪਾਂ। ਜਿਹੜਾ ਇਹ ਬੂਟਾ ਵਾ ਇਹਦੀ ਉਮਰ ਕਿੰਨੀ ਕੁ ਹੁੰਦੀ, ਕਿੰਨਾ ਕੁ ਟਾਈਮ ਇਹ ਫਲ ਦਿੰਦਾ ਜਾਂ? ਇਹ ਸਰ ਇਹਦੀ ਬੂਟੇ ਦੀ ਲਾਈਫ ਤਾਂ ਬਹੁਤ ਆ ਜੀ, ਆਪਣੇ ਕੇਅਰ ਕਰਨ ਦੇ ਉੱਤੇ ਡਿਪੈਂਡ ਕਰਦੇ ਹੋ ਆਪਾਂ ਕਿੰਨਾ ਚਿਰ ਵਧੀਆ ਕੇਅਰ ਕਰਦੇ ਹਾਂ, ਅਤੇ ਯਾਨੀ ਕਿ ਮੈਕਸੀਮਮ ਮੰਨ ਕੇ ਚੱਲੀਏ ਤਾਂ 15-20 ਸਾਲ ਆਪਾਂ ਇਹਦੋਂ ਫਰੂਟ ਲੈ ਸਕਦੇ ਹਾਂ ਜੀ ਇੱਕ ਵਾਰ ਇਨਵੈਸਟਮੈਂਟ ਕਰਨ 'ਤੇ। ਇਸ ਬੂਟੇ ਦੀ ਜੋ ਇਹ ਫਰੂਟ
ਕਾਫੀ ਲੱਗਦੇ ਹੁਣ, ਜਾਣੀ ਕਿ ਇਹ ਜਾਣੀ ਕਿ ਬਾਹਰਲੀ ਵਰਾਇਟੀ ਸੀਗੀ ਇਹ ਜੀ, ਵੀਅਤਨਾਮ ਵਗੈਰਾ ਹੋ ਗਿਆ, ਚਾਈਨਾ ਹੋ ਗਿਆ, ਜਰਾ ਉੱਧਰਲੀ ਸਾਈਡ ਤੋਂ ਆਈ ਹੋਈ ਸੀਗੀ ਇਹ। ਜਿਵੇਂ ਕਿ ਅੱਜ ਕੱਲ੍ਹ ਦੇਖਦੇ ਹਾਂ ਬੱਚੇ ਖੇਤੀਬਾੜੀ ਕਰਨ ਦੀ ਬਜਾਏ ਬਾਹਰ ਵੱਲ ਨੂੰ ਰੁੱਖ ਕਰ ਰਹੇ ਨੇ, ਹਾਂਜੀ, ਇੱਥੇ ਰਹਿ ਕੇ ਉਹ ਖੇਤੀਬਾੜੀ ਨਹੀਂ ਬਾਹਰ ਜਾ ਕੇ ਮਜ਼ਦੂਰੀ ਕਰਨ ਤੱਕ ਤਿਆਰ ਹੋ ਜਾਂਦੇ ਨੇ, ਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਤਾਂ ਸਰ ਇਹੀ ਮੈਸੇਜ ਦੇਣਾ ਚਾਹੁੰਦਾ ਉਹਨਾਂ ਨੂੰ ਵੀ ਜਿਨ੍ਹਾਂ ਦਾ ਇੱਥੇ ਵਧੀਆ ਸਰਕਲ ਚੱਲ ਰਿਹਾ ਔਰ ਜੋ ਬਾਹਰ ਜਾ ਕੇ ਕੰਮ ਕਰਨਾ ਚਾਹੁੰਦੇ ਨੇ, ਵੀ ਕਿਉਂ ਨਾ ਉਹ ਇੱਕ ਵਾਰ ਵੀ ਇਸ ਪਾਸੇ ਨੂੰ ਆ ਕੇ ਵੀ ਛੱਡ ਕੇ ਵੀ ਆਪਾਂ ਜਾਣੀ ਕਿ ਇਸ ਚੀਜ਼ ਨੂੰ ਆ ਕੇ ਅੱਗੇ ਵਧਾਈਏ, ਤਾਂ ਆਪਾਂ ਆਪਣੇ ਘਰਦਿਆਂ ਕੋਲ ਵੀ ਰਹਿ ਸਕੀਏ ਅਤੇ ਆਪਣੇ ਇੱਥੇ ਹੀ ਆਪਾਂ ਜਾਣੀ ਕਿ ਵਧੀਆ ਆਪਣਾ ਕੰਮ ਕਾਰ ਸੈੱਟ ਕਰ ਸਕਦੇ ਹਾਂ। ਜਿੱਥੇ ਇੱਕ ਛੋਟਾ ਜਿਹਾ ਹੋਰ ਸਵਾਲ ਪੁੱਛਣ ਲੱਗੇ, ਹਾਂਜੀ, ਜਿਵੇਂ ਕਿ ਪੰਜਾਬ ਦਾ ਪਾਣੀ ਦਾ ਲੈਵਲ ਘੱਟਦਾ ਜਾ ਰਿਹਾ ਜੀ, ਜਿਹੜੀ ਇਹ ਫਸਲ ਆ ਇਹਨੂੰ ਕਿੰਨੇ ਕੁ ਪਾਣੀ ਦੀ ਲੋੜ ਪੈਂਦੀ ਹੈ? ਇਹਨੂੰ ਤਾਂ ਪਾਣੀ ਦੀ ਬਹੁਤ ਘੱਟ ਰੇਅਰ ਲੋੜ ਪੈਂਦੀ ਹੈ, ਜਦੋਂ ਗਰਮੀ ਆ ਜਾਂਦੀ ਆ ਉਦੋਂ ਜਾਣੀ ਕਿ ਲਾ ਲਓ ਵੀ ਪਾਣੀ 10 ਕੁ ਦਿਨ ਬਾਅਦ ਲੱਗ ਜਾਂਦਾ, ਜਿਵੇਂ ਸਿਆਲਾਂ ਦੇ ਵਿੱਚ ਤਾਂ ਸਰ ਬਾਰਿਸ਼ਾਂ ਦੇ ਨਾਲ ਬਸ ਰੱਬੇ ਪਲੀ ਜਾਂਦਾ ਜੀ।